हे hey गाइस आज मॉर्निंग ब्रेकफास्ट ये विच मैं बना रही हां क्विक इजी ओटमील जस्ट इन माय वाटर च बॉइल कर दीयां ਤੁਸੀਂ ਦੁੱਧ ਚ ਵੀ बॉइल ਕਰ ਸਕਦੇ ਆ ਐਂਡ ਮੈਂ ਰੱਖ ਦਿੱਤਾ ਟੇਬਲ ਤੇ ਇਹਦੇ ਨਾਲ ਮੈਂ ਰੱਖ ਦਿੱਤੇ ਆ ਡਰਾਈ ਫਰੂਟਸ ਫਰੂਟਸ 베ਰੀਜ਼ ਐਂਡ ਬਨਾਨਾ ਜੋ ਵੀ ਤੁਸੀਂ ਲਾਇਕ ਕਰਦੇ ਆ ਐਂਡ ਡਰਾਈ ਫਰੂਟ ਨੂੰ ਮੈਂ ਇਦਾਂ ਬਲੈਂਡ ਕਰ ਲਿਆ ਐਂਡ ਪਮਕਿਨ ਸੀਡ ਕ੍ਰੈਨਬੇਰੀ ਐਂਡ ਮੈਂ 슈ਗਰ ਬਿਲਕੁਲ ਨਹੀਂ ਐਡ ਕਰਦੀ ਇਹਨਾਂ ਚੀਜ਼ਾਂ ਦੇ ਨਾਲ ਇਹਦੇ ਵਿੱਚ 슈ਗਰ ਹੋ ਜਾਂਦੀ ਹੈ ਡਰਾਈ ਫਰੂਟਸ ਨਾਲ ਐਂਡ ਫਰੈਸ਼ ਫਰੂਟਸ ਦੇ ਨਾਲ ਸੋ ਜਿਨ੍ਹਾਂ ਨੇ ਜੋ ਖਾਣਾ ਉਹ ਐਡ ਕਰ ਸਕਦੇ ਐਂਡ ਸਿਨਮਨ ਪਾਊਡਰ ਸੋ ਸੈੱਟ ਹੋ ਗਿਆ ਸਾਰਾ ਕੁਝ ਗੁੱਡ ਮਾਰਨਿੰਗ ਬੱਚੇ ਚਲੇ ਗਏ ਸਕੂਲ ਮੈਂ ਟਿਫਨ ਉਹਨਾਂ ਦਾ ਬਣਾਤਾ ਐਂਡ ਹੁਣ ਮੈਂ करूंगी ਆਪਣਾ ਲਾਈਕ ਮਾਰਨਿੰਗ ਰੁਟੀਨ ਸਵੇਰੇ ਸਵੇਰੇ ਬਹੁਤ ਚੀਜ਼ਾਂ ਹੋਣੀਆਂ ਰਾਈਟ ਬਿਖਰੀਆਂ ਇੱਧਰ ਉੱਧਰ ਇਹ ਸਾਰੀਆਂ ਚੀਜ਼ਾਂ ਨੂੰ करूंगी ਮੈਂ ਸੈੱਟ ਐਂਡ ਮੈਂ ਥੋੜੀ ਜਿਹੀ ਕਮੈਂਟ ਰੀਸੀਵ ਕੀਤੀ ਸੀ ਤੁਸੀਂ ਮੇਰੇ ਬਰਤਨ ਦੇਖਣਾ ਚਾਹੁੰਦੇ ਆ ਕਿ ਐਕਚੁਅਲੀ ਮੈਂ ਕਰਨੀ ਆ ਅੱਜ ਆਪਣੇ ਸੈਲਫ ਕੇਅਰ ਆਪਣੇ హెయిర్ ਕਲਰ ਕਰਨੇ ਆ ਤੇ ਵੈਕਸਿੰਗ ਕਰਨੀ ਆ ਜਿਹੜੀ ਮੈਂ ਘਰ ਕਰਦੀ ਆ ਸੋ ਆਈ ਡੋਨੋ ਕਿ ਮੈਂ ਕਵਰ ਕਰ ਪਾਉਂਗੀ ਇਹਦੇ ਵਿੱਚ ਬਟ ਸਟੇ ਟਿਨ ਰਿਓ ਅਪਕਮਿੰਗ ਵੀਡੀਓਜ਼ ਦੇ ਵਿੱਚ ਸ਼ੇਅਰ ਕਰੂੰਗੀ ਕਿ ਕਿਦਾਂ ਤੁਸੀਂ ਆਪਣੀ ਆ ਸੈਲਫ ਕੇਅਰ ਕਰ ਕਰ ਸਕਦੇ ਆ ਐਂਡ ਭਾਂਡੇ ਵੀ ਦਿਖਾਵਾਂਗੀ ਇੱਕ ਵੀਡੀਓ ਦੇ ਵਿੱਚ ਸੈਪਰੇਟ ਓਕੇ ਸੋ ਸਭ ਤੋਂ ਪਹਿਲਾਂ ਮੈਂ ਕਰ ਲਵਾਂ ਆਪਣੀ ਮਾਰਨਿੰਗ ਰੁਟੀਨ ਜਿਹੜਾ ਮੇਰਾ ਮਾਰਨਿੰਗ ਕਲੀਨ ਅਪ ਐਂਡ ਜੇ ਤੁਸੀਂ ਹਜੇ ਤੱਕ ਮੇਰੀ ਡੈਕੋਰੇਸ਼ਨ ਦੀ ਵੀਡੀਓ ਨਹੀਂ ਦੇਖੀ ਹੈਗੀ ਇਹ ਵੀ ਵੀਡੀਓ ਜ਼ਰੂਰ ਚੈੱਕ ਕਰਿਓ ਕਿਉਂਕਿ ਮੈਂ ਡਿਟੇਲ ਦੇ ਵਿੱਚ ਵੀਡੀਓ ਬਣਾਈ ਹੈ ਕਿ ਕਿਤਾ ਤੁਸੀਂ ਅਫੋਰਡੇਬਲ ਚੀਜ਼ਾਂ ਨੂੰ ਲੈ ਕੇ ਆਪਣੇ ਘਰ ਨੂੰ ਡੈਕੋਰੇਟ ਕਰ ਸਕਦੇ ਹੋ ਚਲੋ ਜਲਦੀ ਦੇ ਨਾਲ ਮੈਂ ਕਰ ਲਾਂ ਪਹਿਲਾਂ ਆਪਣਾ ਰੁਟੀਨ ਰਾਈਟ ਆਫਟਰ ਬ੍ਰੈਕਫਾਸਟ ਹੁੰਦਾ ਕਿ ਮੈਂ ਆਪਣੇ ਸਾਰੇ ਕੰਮ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਮੈਂ ਜਲਦੀ ਜਲਦੀ ਡਨ ਕਰ ਲਵਾਂ ਫਿਰ ਕੀ ਹੁੰਦਾ ਸਾਰਾ ਦਿਨ ਨਾਈਸ ਨਿਕਲਦਾ ਮੇਰਾ ਐਂਡ ਆਪਣੇ ਦਿਨ ਨੂੰ ਪ੍ਰੋਡਕਟਿਵ ਬਣਾਉਣ ਲਈ ਤੁਸੀਂ ਬਿਜ਼ੀ ਰਹੋ ਆਪਣਾ ਜਿਹੜਾ ਮਾਈਂਡ ਆ ਸੈੱਟ ਰੱਖਣ ਲਈ ਲਾਈਕ ਹਮੇਸ਼ਾ ਪੋਜ਼ਿਟਿਵ ਵਿਤੇ ਹੋਵੇ ਤੁਹਾਡੇ ਕੋਲ ਤੁਸੀਂ ਪੋਜ਼ਿਟਿਵ ਥਿੰਕ ਕਰੋ ਤੋਂ ਆਪਣੇ ਆਪ ਨੂੰ ਇੰਗੇਜ ਰੱਖੋ ਉਸ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਬਿਜ਼ੀ ਰੱਖੋ ਸੋ ਚਲੋ ਮੈਂ ਕਰ ਲਵਨੀ ਆ ਸਾਰਾ ਕੰਮ ਫੈਮਿਲੀ ਰੂਮ ਲਿਵਿੰਗ ਰੂਮ ਨੂੰ ਕਲੀਨ ਕਰਨ ਤੋਂ ਬਾਅਦ ਮਾਰਨਿੰਗ ਰੁਟੀਨ ਦੇ ਵਿੱਚ ਹੁੰਦਾ ਮੇਰੀ ਕਿਚਨ ਨੂੰ ਕਲੀਨ ਕਰਨਾ ਡੀਪ ਕਲੀਨ ਐਂਡ ਟਾਈਡ ਅਪ ਕਰਨਾ ਸੋ ਭਾਂਡੇ ਮੈਂ ਆਲਰੇਡੀ ਵਾਸ਼ ਕੀਤੇ ਹੋਏ ਆ ਜਿਹੜੇ ਰਾਤ ਨੂੰ ਮੈਂ ਮਸ਼ੀਨ ਦੇ ਵਿੱਚ ਲਾ ਦਿੰਨੀ ਆ ਹੁਣ ਮੈਂ ਮਸ਼ੀਨ ਨੂੰ ਐਮਟੀ ਕਰ ਰਹੀ ਆ ਹਰ ਇੱਕ ਚੀਜ਼ ਤੇ ਪਚਾਰ ਰਹੀ ਆ ਜਿੱਥੇ ਜਿੱਥੇ ਹਰ ਇੱਕ ਭਾਂਡੇ ਨੇ ਜਾਣਾ ਰਾਈਟ ਸੋ ਜਦੋਂ ਤੁਸੀਂ ਹਰ ਇੱਕ ਚੀਜ਼ ਨੂੰ ਆਰਗੇਨਾਈਜ਼ ਕਰਕੇ ਰੱਖਦੇ ਨਾ ਤੁਹਾਡੀ ਕਿਚਨ ਤੁਹਾਡਾ ਘਰ ਆਲਰੇਡੀ ਆਰਗੇਨਾਈਜ਼ ਰਹਿੰਦਾ ਕਲੀਨ ਰਹਿੰਦਾ ਸੋ ਨਾਲੋਂ ਨਾਲ ਕਲਟਰ ਕੱਟਦਾ ਹੀ ਰਹੋ ਫਿਰ ਨਾਲ-ਨਾਲ ਚੀਜ਼ਾਂ ਨੂੰ ਆਰਗੇਨਾਈਜ਼ ਕਰਦੇ ਰਹੋ ਲਾਈਕ ਹਰ ਇੱਕ ਚੀਜ਼ ਦਾ ਕਾਰ ਬਣਾ ਕੇ ਰੱਖਿਆ ਕਰੋ ਜਿੱਥੇ ਹਰ ਇੱਕ ਚੀਜ਼ ਨੇ ਜਾਣਾ ਫਿਰ ਤੁਹਾਨੂੰ ਪਤਾ ਹੈ ਜਿੱਥੋਂ ਚੀਜ਼ ਤੁਸੀਂ ਚੱਕੀ ਉੱਥੇ ਬੈਕ ਰੱਖਣੀ ਆ ਉਹਦੇ ਨਾਲ ਕਾਰ ਫਿਰ ਤੁਹਾਡਾ ਉਦੈ ਨੀਟ ਕਲੀਨ ਐਂਡ ਆਰਗੇਨਾਈਜ਼ ਰਹਿੰਦਾ ਆਈ ਹੋਪ ਯੂ ਲਾਈਕ ਥਿਸ ਆਈਡੀਆ ਲਾਸਟ ਦੋ ਵੀਡੀਓਜ਼ ਜ਼ਰੂਰ ਚੈੱਕ ਕਰਿਓ ਇੱਕ ਵੀਡੀਓ ਦੇ ਵਿੱਚ ਮੈਂ ਆਪਣੀ ਪੂਰੀ ਕਿਚਨ ਕਲੀਨਿੰਗ ਸ਼ੇਅਰ ਕੀਤੀ ਐਂਡ ਕੈਬਿਨੇਟਸ ਨੂੰ ਕਿੱਦਾਂ ਆਰਗੇਨਾਈਜ਼ ਕਰਨਾ ਕਿਹੜੇ ਆਰਗੇਨਾਈਜ਼ਰਸ ਮੈਂ ਯੂਜ਼ ਕਰਦੀ ਐ ਆਪਣੀ ਕਿਚਨ ਪੈਂਟਰੀ ਦੇ ਵਿੱਚ ਐਂਡ ਕਿਚਨ ਦੇ ਵਿੱਚ ਸੋ ਡੋ ਫਰਗੇਟ ਟੂ ਚੈੱਕ ਆਊਟ ਬੋਥ box down below or you can click on the top to watch that video. ਹੁਣ ਜਿੰਨੇ ਵੀ ਭਾਂਡੇ ਮੇਰੀ ਸਿੰਕ ਚ ਪਏ ਆ ਉਹਨਾਂ ਨੂੰ ਮੈਂ ਰਿੰਸ ਕਰਕੇ ਐਂਡ ਰਾਈਟ ਵੇ ਉਹਨੂੰ ਮੈਂ ਡਿਸ਼ਵਾਸ਼ਰ ਚ ਰੱਖ ਦੂੰਗੀ ਉਹਦੇ ਨਾਲ ਕੀ ਹੁੰਦਾ ਫਿਰ ਤੁਹਾਡੀ ਜਿਹੜੀ ਸਿੰਕ ਆ ਨਾ ਨੀਟ ਐਂਡ ਕਲੀਨ ਰਹਿੰਦੀ ਆ ਤੇ ਤੁਸੀਂ ਉਹਨੂੰ ਬਸ ਫਿਲ ਕਰਦੇ ਰਹੋ ਜਦੋਂ ਔਨ ਕਰਨਾ ਉਹਨੂੰ ਔਨ ਕਰ ਦਿਓ ਐਂਡ ਡੋ ਨੋਟ ਫੋਰਗੇਟ ਟੂ ਚੈੱਕ ਆਊਟ ਅਦਰ ਵੀਡੀਓਜ਼ ਔਨ ਮਾਈ ਚੈਨਲ ਮੈਂ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਆਪਣੇ ਚੈਨਲ ਤੇ ਬਣਾਦੀ ਆ ਤੁਹਾਨੂੰ ਡੀਪ ਕਲੀਨਿੰਗ ਦੀਆਂ ਵੀਡੀਓ ਆਰਗੇਨਾਈਜੇਸ਼ਨ ਦੇ ਆਈਡੀਆਜ਼ ਮਿਲੋਗੇ ਕਿ ਕਿੱਦਾਂ ਤੁਸੀਂ ਆਪਣੀ ਕਿਚਨ ਪੈਂਟਰੀ ਨੂੰ ਔਰ ਕਿਚਨ ਨੂੰ ਆਰਗੇਨਾਈਜ਼ ਕਰ ਸਕਦੇ ਆ ਆਪਣੇ ਘਰ ਨੂੰ ਕਿੱਦਾਂ ਆਰਗੇਨਾਈਜ਼ ਕਰ ਸਕਦੇ ਆ ਐਂਡ ਡੀਆਈਆਈ ਡੈਕੋਰੇਸ਼ਨ ਦੇ ਆਈਡੀਆਜ਼ ਲਾਈਕ ਮੇਰੇ ਚੈਨਲ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੀਡੀਓ ਮਿਲ ਜਾਊਗੀ ਐਂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਂਡ ਅਦਰ ਵੀਡੀਓਜ਼ ओके okay गाइस मैं वैक्यूम करण लगी थी मैं सोचा कि मैं ਤੁਹਾਡੇ ਕਮੈਂਟ ਦਾ ਵੀ ਆਨਸਰ ਦੇ ਦਾਂ ਰੀਸੈਂਟਲੀ ਕਿਸੇ ਨੇ ਕੁਐਸਚਨ ਪੁੱਟ ਕੀਤਾ ਸੀ ਕਿ ਮੈਂ ਕੀ ਯੂਜ਼ ਕਰ ਰਹੀ ਆ ਐਕਚੁਅਲੀ ਇਹ ਹੈਵੀਆ ਵੈਕਿਊਮ ਐਂਡ ਇਹ ਵੈਕਿਊਮ ਦੇ ਨਾਲ ਹੀ ਮੈਂ ਆਪਣੀ ਰਗਸ ਕਲੀਨ ਕਰਦੀ ਆ ਆਪਣੇ ਫਲੋਰ ਜਿਹੜੇ ਹਾਰਡਵੁੱਡ ਹੁੰਦਾ ਐਂਡ ਟਾਈਲਸ ਸੋ ਇਹਦੇ ਨਾਲ ਸਾਰੀ ਚੀਜ਼ਾਂ ਕਲੀਨ ਹੋ ਜਾਂਦੀਆਂ ਐਂਡ ਵੈਕਿਊਮ ਜਿਨ੍ਹਾਂ ਨੂੰ ਨਹੀਂ ਪਤਾ ਐਂਡ ਮੈਂ ਦੱਸ ਦਾਨੀ ਆ ਕਿ ਇਹਦੇ ਨਾਲ ਤੁਸੀਂ ਲਾਈਕ ਐਜ਼ ਅ ਬਰੂਮ ਇਹਨੂੰ ਯੂਜ਼ ਕਰ ਸਕਦੇ ਆ ਸੋ ਹੋਪ ਕਿ ਮੈਂ ਤੁਹਾਡੇ ਕਮੈਂਟ ਦਾ ਆਨਸਰ ਦੇ ਦਿੰਦਾ ਹੈਗਾ ਸੋ ਸਮ ਟਾਈਮ ਜੇ ਤੁਹਾਨੂੰ ਕਮੈਂਟ ਦਾ ਆਨਸਰ ਡਾਇਰੈਕਟ ਨਹੀਂ ਮਿਲਦਾ ਤਾਂ ਮੈਂ ਟਰਾਈ ਬੈਸਟ ਕਰਦੀ ਹੁੰਦੀ ਆ ਕਿ ਮੈਂ ਆਪਣੇ ਵੀਡੀਓ ਚ ਉਹਨਾਂ ਨੂੰ ਕਵਰ ਕਰਨਾ ਕਿ ਤੁਸੀਂ ਉਹਨੂੰ ਅੰਡਰਸਟੈਂਡ ਕਰ ਪਾਓ ਰਾਈਟ ਸੋ ਕਮੈਂਟ ਦੇ ਆਨਸਰ ਦੇ ਨਾਲ ਸਮ ਟਾਈਮ ਕਿਸੇ ਨੂੰ ਨਹੀਂ ਇਹਨਾਂ ਡਿਟੇਲਸ ਆ ਆਪਦਾਸ ਪਾਉਂਦੇ ਸੋ ਇਸ ਲਈ ਇਹ ਹੈ ਗਿਆ ਬੈਕੀਅਮ ਐਂਡ ਇਹਦੇ ਨਾਲ ਤੁਸੀਂ ਆਪਣੀਆਂ ਰਗਸ ਟਾਈਲਸ ਐਂਡ ਹਾਰਡਵੁੱਡ ਤੇ ਬਰੂਮ ਕਾਸ ਆਦਿ ਲਾਈਕ ਕਲੀਨ ਕਰ ਸਕਦੇ ਆ ਐਂਡ ਫੇਮ ਆਪ ਕਰ ਸਕਦੇ ਆ। ਆ ਮੈਂ ਹਮੇਸ਼ਾ ਵੈਕੂਮ ਹੀ ਯੂਜ਼ ਕਰਦੀ ਆ। ਮੈਂ ਕਦੀ ਬਰੂਮ ਨਹੀਂ ਕੀਤਾ। ਸੋ ਇਹਦੇ ਨਾਲ ਹੀ ਸਾਰੀ ਡਸਟ ਕਲੀਨ ਹੋ ਜਾਂਦੀ ਆ ਐਂਡ ਮੈਨੂੰ ਇਹਦੇ ਤੇ ਜ਼ਿਆਦਾ ਪਲੀਵਾ ਦਨ ਬਰੂਮ ਰਾਈਟ। ਸੋ ਫੋਰ ਮਾਈ ਸੋਲੋ ਜਲਦੀ ਜਲਦੀ ਐਂਡ ਵੈਕਿੰਗ ਕਰ ਲੈਣੀ ਆ ਸਾਰੇ ਆਪਣੇ ਘਰ ਦੇ ਵਿੱਚ। ਕੈਸ ਵੈਕਿਊਮ ਹੋ ਗਈ ਹੈ ਮੇਰੇ ਪੂਰੇ ਘਰ ਦੇ ਵਿੱਚ ਐਂਡ ਹੁਣ ਮੈਂ ਉੱਪਰ ਜੱਲੀ ਸੀ ਮੈਂ ਸੋਚਿਆ ਕਿ ਮੈਂ ਆਪਣਾ ਜਿਹੜਾ ਲਾਂਚ ਚਾਜੇ ਡਿਨਰ ਬਣਾਉਣਾ ਨਾ ਉਹ ਪ੍ਰੈਪ ਕਰਕੇ ਰੱਖ ਜਾ ਅੱਜ ਮੈਂ ਬਣਾਣੀ ਆ ਪੰਜਾਬੀ ਸਟਾਈਲ ਚ ਕੜੀ ਕੜੀ ਤੁਸੀਂ ਬਹੁਤ ਵਾਰ ਬਣਾਉਂਦੇ ਹੋਣੇ ਪਰ ਮੈਂ ਡਿਫਰੈਂਟ ਸਟਾਈਲ ਦੇ ਨਾਲ ਬਣਾਉਂਦੀ ਆ ਐਂਡ ਤੁਸੀਂ ਜਿੰਨਾ ਬੇਸਨ ਲੈਣਾ ਬੇਸਨ ਲੈ ਲਓ ਦਹੀਂ ਲੈਣਾ ਦਹੀਂ ਲੈ ਲਓ ਲੱਸੀ ਲੈ ਲਓ ਰਾਈਟ ਐਂਡ ਮੈਂ ਤੁਹਾਨੂੰ ਨਾਲ ਟਿਪ ਸ਼ੇਅਰ ਕਰੂੰਗੀ ਜਿਹਨੂੰ ਤੁਸੀਂ ਯੂਜ਼ ਕਰਿਓ ਉਹਦੇ ਨਾਲ ਕੜੀ ਥੋੜੀ ਥਿੱਕ ਵੀ ਬਣੂਗੀ ਥੋੜੀ ਜਿਹੀ ਖੱਟੀ ਵੀ ਬਣੂਗੀ ਐਂਡ ਕਰੀਮੀ ਬਹੁਤ ਵਧੀਆ ਬਣਦੀ ਆ ਚਲੋ ਮੈਂ ਉਹਨੂੰ ਪਹਿਲਾਂ ਪ੍ਰੈਪ ਕਰਕੇ ਰੱਖ ਲੈਂਦੀ ਆ ਦਹੀਂ ਔਰ ਲੱਸੀ ਐਂਡ ਬੇਸਨ ਨੂੰ ਮਿਕਸ ਕਰਕੇ ਇੱਚ ਸਾਲਟ ਪਾ ਕੇ ਗਰਮ ਪਾਣੀ ਤੁਸੀਂ ਪਾਣਾ ਐਂਡ ਫਿਰ ਤੁਸੀਂ ਇਹਨੂੰ ਮਿਕਸ ਕਰਕੇ ਰੱਖ ਦੇਣਾ ਆ ਕਿ ਮੈਂ ਮਿਕਸ ਕਰਕੇ ਸਾਰਾ ਕੁਝ ਰੱਖ ਦਿੱਤਾ ਜਿੰਨਾ ਤੁਸੀਂ ਬੇਸਨ ਲੈਣਾ ਬੇਸਨ ਲੈ ਲਓ ਦਹੀਂ ਲੈ ਲਓ ਲੱਸੀ ਲੈ ਲਓ ਰਾਈਟ ਐਂਡ ਉਹਦੇ ਵਿੱਚ ਸਾਲਟ ਪਾ ਕੇ ਗਰਮ ਪਾਣੀ ਪਾ ਕੇ ਉਹਨੂੰ ਮਿਕਸ ਕਰਕੇ ਰੱਖ ਦਿਓ ਸੋ ਇਹੀ ਮੈਂ ਟ੍ਰਿਕ ਹਮੇਸ਼ਾ ਯੂਜ਼ ਕਰਦੀ ਆ ਤੇ ਇਦਾਂ ਕੜੀ ਬਣਾ ਕੇ ਦੇਖੋ ਬਹੁਤ ਵਧੀਆ ਬਣੀਆਂ ਐਂਡ ਹੁਣ ਇਹਨੂੰ ਇਦਾਂ ਰੱਖ ਦੋ ਲਾਈਕ ਮੈਂ ਅੱਧੇ ਘੰਟੇ ਲਈ ਰੱਖ ਦਿੰਦੀ ਹੁੰਦੀ ਆ ਸੋ ਹੁਣ ਫਿਰ ਇਹਦਾ ਜਦੋਂ ਤੜਕਾ ਲਗਾਉਂਗੀ ਨਾ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਚਲੋ ਹੁਣ ਉੱਪਰ ਚਲਦੇ ਆ ਉੱਪਰ ਦੇ ਕੰਮ ਕਰਨੇ ਆ ਐਂਡ ਹੋਰ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕਰਨੀ ਐਕਚੁਅਲੀ ਮੈਂ ਤੁਹਾਡੇ ਨਾਲ ਅੱਜ ਸ਼ੌਪਿੰਗ ਹਾਲ ਵੀ ਸ਼ੇਅਰ ਕਰੂੰਗੀ ਸੋ ਚਲੋ ਚਲਦੇ ਆ ਉੱਪਰ ਐਂਡ ਸ਼ੇਅਰ ਕਰ ਦਿਆਂ ਜਿਹਦੇ ਸੀ ਕੈਨੇਡਾ 'ਚ ਰਹਿੰਦੇ ਆ ਤੁਹਾਨੂੰ ਪਤਾ ਹੋਗਾ ਸਿਫੋਰਾ ਦਾ ਸਿਫੋਰਾ ਦੇ ਵਿੱਚ ਸੇ एक्चुअली मैं बहुत कुछ ऑर्डर किया शेयर करी हाँ थोड़ा थोड़ी जी हेल्प हो जाएगी जी तुम्हें मेकअप करना लाइक like कर दिया थोड़ा जो स्किन केयर दिस दैट सो so, चलो मैं शेयर कर दिनी हाँ कि मैं कि मंगवाया सिफोड़ा तो ਸਸਟ ਮੈਂ ਸਕਿਨ ਕੇਅਰ ਦੇ ਲਈ ਫਰਸਟ ਏਡ ਵੀਡੀ ਦੀ ਅਲਟਰਾ ਕੇਅਰ ਰਿਪੇਅਰ ਕਰੀਮ ਮੰਗਵਾਈ ਆ ਇਹ ਨਾਈਟ ਚ ਤੁਸੀਂ ਯੂਜ਼ ਕਰ ਸਕਦੇ ਆ ਮੈਂ ਸਕਿਨ ਕੇਅਰ ਦੇ ਲਈ ਹਮੇਸ਼ਾ ਫਰਸਟ ਏਡ ਵੀਡੀ ਦੇ ਪ੍ਰੋਡਕਟ ਹੀ ਯੂਜ਼ ਕਰਦੀ ਆ ਮਾਰਨਿੰਗ ਨਾਈਟ ਜਿੰਨੀ ਵੀ ਕਰੀਮਸ ਆ ਐਂਡ ਇਹ ਹੈਗੀ ਕੋਕੋਨਟ ਵਾਟਰ ਦੀ ਕਰੀਮ ਐਂਡ ਜੇ ਤੁਹਾਡੀ ਆਇਲੀ ਸਕਿਨ ਆ ਤੁਸੀਂ ਇਹਨੂੰ ਯੂਜ਼ ਕਰ ਸਕਦੇ ਮੈਂ ਆਪਣੀ ਥੋਟਲ ਹੀ ਮੰਗਵਾਈ ਆ नेक्स्ट मैं कंसीलर मंगाया टू फेस्ट अबॉन दिस वे एंड हाईलाइट करने मेरा शेड हैगा नैचुरल बेज एंड बहुत ही वीयामी आ एंड फुल कवरेज कंसीलर आ अनदर स्किन केयर मैं ऑर्डिरी के प्रोडक्ट्स यूज करती हूँ मैं मंगवाया हैलोरॉनिक एंड निनमाइट का सिरम दिस इज रियली गुड एंड अनादर हैलोरॉनिक एंड सूदिंग बेरीअर के लिए हैगा यह सिरम नैक्सट मैं सिफोरा दे लिप कंबो मंगवाया न्यूट देव ਏ ਰੇਅਰ ਬਿਊਟੀ ਦਾ ਲਿਕਵਿਡ ਬਲਸ਼ਾ ਦਿਸ ਇਜ਼ ਰੀਲੀ ਗੁੱਡ ਬਟ ਇਹਦੀ ਛੋਟੀ ਪੈਕੇਜਿੰਗ ਦੇ ਵਿੱਚ ਸੀਗਾ ਐਂਡ ਸੇਲ ਤੇ ਕੁਝ ਚੀਜ਼ਾਂ ਇਦਾਂ ਦੀਆਂ ਮੈਂ ਲਈਆਂ ਐਂਡ ਇਹ ਹੈਗਾ ਲਿਪ ਕੰਬੋ ਐਨੇਸਟ੍ਰਾਸ਼ੀਆ ਦਾ ਸੋ ਇਵਨ ਨਿਊਡ ਦੇ ਵਿੱਚ ਐਂਡ ਹੋਰ ਸੇਫੋਰਾ ਤੋਂ ਮੈਨੂੰ ਫ੍ਰੀ ਗਿਫਟ ਮਿਲੇ ਜਿਨ੍ਹਾਂ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋ ਜਾਂਦੀ ਆ ਐਂਡ ਇਦਾਂ ਦੇ ਮੈਨੂੰ ਕਲੈਕਟ ਕਰਨ ਦਾ ਬਹੁਤ ਸ਼ੌਂਕ ਹੈ ਇਹਦੇ ਵਿੱਚ ਪਰਫਿਊਮ ਆ ਇਹ ਹੁੰਦੇ ਆ ਟਰੈਵਲ ਸਾਈਜ਼ ਦੇ ਲਾਈਕ ਜਸਟ ਆ ਸੈਂਪਲਸ ਦਿਸ ਇਜ਼ ਰੀਲੀ ਗੁੱਡ ਐਕਚੁਅਲੀ ਸੋ ਇਹਵੇਂ ਸਾਰਾ ਕੁਝ ਲੈ ਐਸੇ ਫੌਰਾ ਤੁਜੀ ਤੁਸੀਂ ਸਫੌਰਾ ਦੇ ਮੈਂਬਰ ਆ ਤੇ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਸਗੀਆਂ ਬਲੈਕ ਫਰਾਈਡੇ ਸੇਲ ਦੇ ਵਿੱਚ ਸੋ ਚਲੋ ਹੁਣ ਮੈਂ ਥੋੜਾ ਜਿਹਾ ਲਾਂਡਰੀ ਦਾ ਕਰ ਲੈਣੀ ਆ ਲਾਂਡਰੀ ਦੇ ਵਿੱਚ ਮੈਂ ਲੋਡ ਪਾਇਆ ਸੀਗਾ ਕੱਪੜੇ ਤੋਂ ਹੋ ਗਿਆ ਐਂਡ ਜਦੋਂ ਮੈਂ ਪਾਉਣ ਲੱਗੀ ਡਰਾਈ ਚ ਤੇ ਡਰਾਈ ਚ ਆਲਰੇਡੀ ਕੱਪੜੇ ਆ ਤਾਂ ਮੈਨੂੰ ਉਹਨੂੰ ਕੱਢਣਾ ਪੈਣਾ ਰਾਈਟ ਸੋ ਬਹੁਤ ਸਾਰੇ ਲੋਡ ਅੱਜ ਵਾਸ਼ ਹੋ ਗਿਆ ਐਂਡ ਜਦੋਂ ਮੈਂ ਡਰਾਈ ਚ ਕੱਪੜੇ ਪਾਉਣ ਲੱਗੀ ਤੇ ਫਿਰ ਮੈਂ ਸੋਚਿਆ ਮੈਂ ਤੁਹਾਣਾ ਵੀ ਸ਼ੇਅਰ ਕਰਾਂ ਐਂਡ ਇਹਦੇ ਵਿੱਚ ਕਾਫੀ ਉਹ ਹੋ ਜਾਂਦਾ ਕਲੈਕਟ ਜਿਹੜਾ ਇਹਦਾ ਫਰ ਹੁੰਦਾ ਰਾਈਟ ਸੋ ਉਹਨੂੰ ਤੁਸੀਂ ਕੱਢਦੇ ਰਹੋ ਕਲੀਨ ਕਰਦੇ ਰਹੋ ਤੇ ਫਿਰ ਤੁਹਾਡਾ ਡਰਾਇਰ ਖਰਾਬ ਨਹੀਂ ਹੁੰਦਾ ਕਦੀ ਵੀ ਪਰ ਜਿਆਦਾ ਬੂਲ ਵਾਲੇ ਕੱਪੜਿਆਂ ਦੇ ਨਾਲ ਕਲੈਕਟ ਹੁੰਦਾ ਜਦੋਂ ਵੀ ਤੁਸੀਂ ਲੋਡ ਪਾਉਂਦੇ ਹੋ ਨਾ ਉਦੋਂ ਇਹਨੂੰ ਹਮੇਸ਼ਾ ਹੈਂਡ ਵੈਕਿਊਮ ਦੇ ਨਾਲ ਮੈਂ ਵੀਕਲੀ ਕਲੀਨ ਕਰਦੀ ਰਹਿੰਦੀ ਆ। ਉਹ ਕਿ クリスマス ਟਰੀ ਕਰ ਲਿਆ ਔਨ ਤੇ ਹੁਣ ਬਣਾਉਂਦੇ ਆ ਲੰਚ ਐਂਡ ਡਿਨਰ ਟੁਗੇਦਰ ਤੜਕਾ ਲਗਾ ਰਹੇ ਇਹਦੇ ਵਿੱਚ ਮੈਂ ਸਾਪਤੀ ਮਸਾਲੇ ਯੂਜ਼ ਕਰਦੀ ਆ। ਐਂਡ ਦੇਸੀ ਘਿਓ ਲੈ ਸਕਦੇ ਆ ਐਂਡ ਅਨੀਅਨ ਐਂਡ ਇਹਨੂੰ ਚੰਗੀ ਤਰ੍ਹਾਂ ਪਕਾਣਾ ਐਂਡ ਇਹਦੇ ਵਿੱਚ ਮੈਂ ਵੇਲ ਲੀ ਵੀ ਐਡ ਕੀਤਾ ਉਹਦੇ ਨਾਲ ਥੋੜਾ ਜਿਹਾ ਟੇਸਟ ਐਂਡ ਫ੍ਰੈਗਰੈਂਸ ਸੋਹਣੀ ਹੋ ਜਾਂਦੀ ਆ ਹੁਣ ਮੈਂ ਇਹਦੇ ਵਿੱਚ ਟੋਮੇਟੋਸ ਪਾ ਰਹੀ ਆ ਉਹਦੇ ਨਾਲ ਥੋੜੀ ਜਿਹੀ ਖੱਟੀ ਬਣ ਜੂਗੀ ਐਂਡ ਟੋਮੇਟੋ ਨੂੰ ਚੰਗੀ ਤਰ੍ਹਾਂ ਪਕਾ ਕੇ ਹੁਣ ਇਹਦੇ ਵਿੱਚ ਥੋੜਾ ਜਿਹਾ ਸਾਲਟ ਪਾਉਣਾ ਕਿਉਂਕਿ ਸਾਲਟ ਆਪਾਂ ਆਲਰੇਡੀ ਪਾਇਆ ਅਕੋਰਡਿੰਗ ਟੂ ਟੇਸਟ ਹਲਦੀ ਚਿੱਲੀ ਗਰਮ ਮਸਾਲਾ ਚਾਟ ਮਸਾਲਾ ਐਂਡ ਲਿਟਲ ਬਿਟ ਆਮਚੂਰ ਜੇ ਪਾਣਾ ਚਾਹਨੇ ਸੋ ਬਸ ਉਹ ਮਿਕਸਚਰ ਜਿਹੜਾ ਆਪਾਂ ਮਿਕਸ ਕਰਕੇ ਰੱਖਿਆ ਸੀ ਹੋ ਨੂੰ ਪਾ ਦੇਣਾ ਪਾਣੀ ਅਕੋਰਡਿੰਗਲੀ ਪਾ ਲੋ ਜਿੰਨੀ ਵੀ ਥਿੱਕ ਤੁਸੀਂ ਬਣਾਉਣੀ ਚਾਹੁੰਦੇ ਆ ਪਤਲੀ ਬਣਾਉਣੀ ਚਾਹੁੰਦੇ ਆ ਰਾਈਟ ਹੁਣ ਇਹਨੂੰ ਪਕਾਉਣਾ ਜਿੰਨਾ ਤੁਸੀਂ ਕੜੀ ਨੂੰ ਕਾੜੂਗੇ ਉੰਨੀ ਜ਼ਿਆਦਾ ਕੜੀ ਵਧੀਆ ਬਣੂਗੀ ਇਹਦੇ ਚ ਮੈਂ ਡਰਾਈ ਮੇਥੀ ਲੀਫਸ ਵੀ ਪਾਏ ਆ ਹੌਣ ਇਹਨੂੰ ਬਸ ਕੜਨ ਤੇ ਰੱਖ ਦਿੱਤਾ ਸਲੋ ਹੀਟ ਤੇ ਮੀਡੀਅਮ ਤੇ ਸੋ ਹਲਾਉਂਦੇ ਰਹੋ ਕਿ ਥੱਲੇ ਨਾ ਲਗੇ ਐਂਡ ਫੇਰ ਕੀ ਹੁੰਦਾ ਕਿੜੀ ਕਿ ਇਹਦੇ ਨਾਲ ਕੰਪਲੀਟ ਹੁੰਦੀ ਹੈ ਗਰਮਾ ਗਰਮ ਪਕੌੜੇ ਦੇ ਨਾਲ ਸੋ ਮਿਕਸਡ ਪਕੌੜੀ ਕੱਢੋ ਇਹਨੂੰ ਐਡ ਕਰੋ ਗਰਮਾ ਗਰਮ ਵਿੱਚ ਐਂਡ ਰਾਈਸ ਦੇ ਨਾਲ ਖਾਓ ਰੋਟੀ ਨਾਲ ਖਾਓ ਸੋ ਇਦਾਂ ਤੁਸੀਂ ਇੰਜੋਏ ਕਰ ਸਕਦੇ ਆ ਘੜੀ ਸੋ ਕੱਲ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਮੈਂ ਆਪਣੀ ਪੈਨਟਰੀ ਦੀ ਰੀਫਿਲ ਕੀਤੀ ਸੀ ਡੋ ਨਾ ਫਰਗੇਟ ਟੂ ਚੈੱਕ ਆਊਟ ਦੈਟ ਵੀਡੀਓ ਸੋ ਯਾ ਮੈਂ ਹੋਪ ਕਰਦੀ ਆ ਕਿ ਤੁਸੀਂ ਅੱਜ ਦਾ ਵੀ ਛੋੜਾ ਜਿਹਾ ਬਲੌਗ ਲਾਈਕ ਕੀਤਾ ਹੋਗਾ ਤੁਸੀਂ ਮੇਰੀ ਵੀਡੀਓਸ ਲਾਈਕ ਕਰਦੇ ਆ ਥੈਂਕ ਯੂ ਸੋ ਮਚ ਐਂਡ ਵਾਚ ਕਰਦੇ ਆ ਥੈਂਕ ਯੂ ਫॉर दैट ਟੂ ਐਂਡ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਪਲੀਜ਼ ਮੈਨੂੰ ਸਪੋਰਟ ਕਰਨ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਟੋਟਲੀ ਫ੍ਰੀ ਆ ਯਾਰ ਐਂਡ ਤੁਸੀਂ ਬਸ ਆਪਣਾ ਈਮੇਲ ਐਡਰੈਸ ਯੂਜ਼ ਕਰ ਸਕਦੇ ਆ ਸਾਈਨ ਇਨ ਕਰਨ ਦੇ ਲਈ ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਥਿਸ ਵੀਡੀਓ ਹੁਣ ਮੈਂ ਮਿਲੂਗੀ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ ਅੰਟਿਲ ਦੈਨ ਟੇਕ ਕੇ ਗਾਇਜ਼ ਲਵ ਯੂ ਐਂਡ ਬਾਏ ਗਾਇ